ਕਿੰਨਾ ਛੱਡੀ? ਨਾ 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 ਕਿਉਂ? ਦਾਲੀ ਲੈ ਲੂੰਗਾ ਨਾਲ। ਕੱਲ ਭਰਜਾਈ ਮੀਣਾ ਮਾਰ ਗਈ, ਕਹਿੰਦੀ ਖੁਰਪਿਆਂ ਵਰਗੇ ਕਰ ਰੱਖੇ ਨੇ ਵਾਲ, ਲਾਲ ਘਰ ਦੇ ਟਮਾਟਰ ਵਰਗਾ ਮੂੰਹ ਤਾਂ। ਔਰ ਤਾਂ ਮਾੜਾ ਤਾਂ ਸਹੇਲੀਆਂ ਕੋਲੇ ਲਾ, ਸਹੇਲੀਆਂ ਕੋਲੇ ਇੱਥੇ। ਕਰਾਉਣਾ ਤੂੰ ਕਰਾ ਦੇ ਭਾਬੀ, ਇਹ ਨਹੀਂ ਕਾਂਦੋ ਕੀੜਿਆਂ ਦੇ ਜੰਡ ਤੇ ਚੜਾਈ ਰੱਖਦੀ, ਇਹਦੇ ਨਾਲ ਇੰਨਾ ਪੰਗਾ ਜਾ ਕੇ। ਕਿਉਂ ਭਰਜਾਈ ਕੀ ਹਾਲ ਹੈ? ਆ ਗਿਆ ਤੜਕੀ ਭੁੰਨਣਾ, ਹੋਰ ਕੰਮ ਨੀ ਤੈਨੂੰ ਕੋਈ, ਸਾਰਾ ਦਿਨ ਭਰਜਾਈ ਭਰਜਾਈ। ਤੂੰ ਭਰਜਾਈ, ਤੇਰਾ ਭਤੀਜਾ ਭਰਜਾਈ, ਭਤੀਜੇ ਦਾ ਗਾਂ ਮੁੰਡਾ ਭਰਜਾਈ, ਤੁਹਾਡੇ ਸਾਰੇ ਲਾਣੇ ਨੂੰ ਹੋਰ ਕੰਮ ਹੀ ਨੀ ਕੋਈ ਵੇ। ਮੈਨੂੰ ਹੋਰ ਦਾ ਠੇਕਾ ਨੀ ਲੈ ਦੇਖ ਭਰਜਾਈ, ਤੂੰ ਐ ਮੇਰੇ ਨਾ ਪਿਆਰ ਨਾਲ ਬੋਲ ਪਿਆ ਕਰ, ਪਿੰਡ 'ਚ ਤਾਂ ਤੂੰ ਹੀ ਤਾਂ ਹੈਗੇ ਜਿਹੜੇ ਮੈਨੂੰ ਮੂੰਹ ਲਾਉਣੀ ਆ। ਆਹ ਦੇਖ ਲੈ ਤੇਰੇ ਮੂਹਰੇ ਤਾਂ ਐਂ ਸਾਫੇ ਖੋਲੀ ਜਾਂਦੇ ਨੇ ਮੇਰੇ ਐਂ, ਹੋਰ ਫਿਰ ਪਾਥੀ ਨੀ ਗੋਲ ਹੋ ਰਹੀ ਤੇਰੇ ਤੋਂ, ਅੱਜ ਕੀ ਗੱਲ ਹੋ ਗਈ? ਖਮਾਵਾਂ ਪੂਰਾ ਨਾ, ਜਦੋਂ ਤੇਰੇ ਮੂੰਹ ਤੇ ਬੱਚੇ ਫੇਰ ਗੋਲ ਹੋ, ਮੂੰਹ ਨਹੀਂ ਹੁੰਦੀ ਫੇਰ ਗੋਲ ਹੋ। ਤੂੰ ਨਾ ਬੋਲੀ ਕਦੇ ਸਿੱਧੇ ਮੂੰਹ ਭਰਜਾਈ, ਐਵੇਂ ਦੇਖ ਤੂੰ ਤਾਂ ਉਈ ਗੈਂਡੇ ਵਾਂਗੂ ਕੁਦ ਕੁਦ ਪੈਂਦੀ ਆ, ਇੰਨੀ ਕੌੜ ਕਿਉਂ ਹੋ ਗਈ ਤੂੰ? ਨਾਲੇ ਭਰਜਾਈ ਦੇਖ, ਮੈਂ ਤੈਨੂੰ ਦੋ ਹੀ ਗੱਲਾਂ ਕਹੂੰਗਾ, ਇਹਦਾ ਦੁਨੀਆ ਨਾ ਪਿਆਰ ਦੀ ਭੁੱਖੀ ਆ, ਕੀ ਲੈ ਜਾਏਗੀ ਇੱਥੋਂ? ਇਹਦਾ ਜਿੰਨਾ ਵੰਡ ਲੇਂਗੀ ਪਿਆਰ ਉਨਾ ਥੋੜਾ। ਬਈ ਵਗ ਜਾ, ਬਈ ਵਗ ਜਾ, ਮੈਂ ਤੈਨੂੰ ਵਾਹ ਜਾ ਦੇ ਦੂੰ, ਪਿਆਰ ਯਾਦ ਰੱਖੇਗਾ, ਮੈਂ ਤੈਨੂੰ ਦੱਸਦੀ ਹਾਂ। ਆਏ ਹਾਏ ਓਏ, ਆਹੀ ਪਿਆਰ ਮਾਰ ਲੈਂਦਾ ਤੇਰਾ ਮੈਨੂੰ, ਮੈਂ ਵਗਤਾ ਹੋਰ ਕੋਲੇ ਵੀ ਜਾਵਾਂ ਹੈਂ? ਹੋਰ ਤੈਨੂੰ ਮੂੰਹ ਲਾਉਂਦੀ ਨਹੀਂ ਕੋਈ ਮੈਥੋਂ ਬਿਨਾਂ, ਮੈਂ ਦੋ ਗੱਲਾਂ ਕਰ ਲੈਣੀਆਂ, ਮੇਰੇ ਤੀ ਹੋਕਰੀਆਂ ਨੇ ਤੂੰ। ਤਾਂ ਤਾਂ ਤੇਰੇ ਕੋਲ ਆਉਣਾ ਮੈਂ, ਅਰੇ ਭਰਜਾਈਏ ਤੂੰ ਚੰਗਾ ਨਹੀਂ ਕਰਿਆ ਮੇਰੇ ਨਾਲ, ਜਿਹੜਾ ਤੂੰ ਆਪਦੀ ਵੱਡੀ ਭੈਣ ਦਾ ਸਾਕ ਵੀ ਕਰਾਇਆ ਮੈਨੂੰ ਹੈ, ਜੇ ਕਰਾਉਣ ਦੀ ਅੱਜ ਮੇਰੇ ਆਹ ਹਾਲਾਤ ਨਾ ਹੁੰਦੇ। ਕਿਉਂ ਮਾੜਾ ਮਰਦਾ ਕਿਸੇ ਪਾਸੇ? ਮਾੜਾ ਚੰਗੀਆਂ ਰੋਟੀਆਂ ਖਾਣਾ, ਸਾਰੇ ਪਿੰਡ ਨੂੰ ਤਾਂ ਤਪਾ ਕੇ ਮਾਰ ਲਿਆ, ਇਕੱਲੇ ਜਾਣੇ ਨੇ ਤਪਾ ਕੇ ਮਾਰ ਲਿਆ, ਹੋਰ ਮਾਰ ਲਿਆ, ਜਿੱਧਰੋਂ ਨੂੰ ਜਾਂਦਾ ਹਰੇਕ ਨੂੰ ਛੇੜਦਾ, ਕਿਸੇ ਨਿਆਣੇ ਨੂੰ ਨੀ ਛੱਡਦਾ, ਕਿਸੇ ਸਿਆਣੇ ਨੂੰ ਨੀ ਛੱਡਦਾ, ਬੁੜੀ ਤਾਂ ਛੱਡਣੀ ਕੀ ਆ ਤੈਂ? ਤੈਨੂੰ ਲੱਗਦਾ ਤੇਰੇ ਬਿਨਾਂ ਮੈਂ ਕਿਸੇ ਕੋਲੇ ਨਹੀਂ ਜਾਂਦਾ, ਨਾਲੇ ਤੈਨੂੰ ਪਤਾ ਹੈ। ਮੈਨੂੰ ਪਤਾ ਕਿੰਨਾ ਕੁ ਹੋਆ, ਨਾਲੇ ਸਾਕ ਤਾਂ ਤੈਨੂੰ ਹੋ ਜਾਂਦਾ, ਆ ਜਿਹੜੀ ਤੂੰ ਟੀਚਰ ਕਰਦਾ ਤੈਨੂੰ ਇਹ ਸਾਕ ਨਹੀਂ ਹੋਣ ਦਿੰਦੀ। ਕੀ ਟੀਚਰ ਕਰਤੀ ਮੈਂ ਭਰਜਾਈਏ ਤੈਨੂੰ ਹੈਂ, ਉਈ ਕੁਦ ਕੁਦ ਪਈ ਜਾਂਦੀ, 6.5 ਫੁੱਟ ਕੱਤ ਦੀ ਆ ਗਲੀ ਦਾ, ਤੈਨੂੰ ਤਾਂ ਕੱਸ 'ਚ ਲੈ ਕੇ ਮਾਰ ਦਿੰਦੀ ਵੱਡੇ ਖੱਬੀ ਖਾਨ ਨੂੰ, ਆ ਜਿਹੜਾ ਗੱਲ ਨਹੀਂ ਆਉਣ ਦਿੰਦਾ ਤੂੰ ਅੱਜ। ਤਾਂ ਮੌਕਾ ਦੇਖ ਦੇ, ਕੱਸ 'ਚ ਉਹ ਲੈਂਦੀ ਕਿ ਕੱਸ 'ਚ ਮੈਂ ਲੈਂਦਾ। ਬਹਿ ਜਾ ਜਾਣਦੀ ਹਾਂ ਮੈਂ ਤੈਨੂੰ ਹੈਂ, ਨਾਲੇ ਗਾਥੀ ਮੜੀ ਜੀ ਗੋਲ ਰੱਖਿਆ ਕਰ, ਪਾਥੀ ਗੋਲ ਰੱਖ ਗੋਲ, ਖੜ ਜਾ ਬੰਨਣਿਆ ਤਾਂ। ਨਾ 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 ਉਹ ਨਹੀਂ, ਆਹ ਕੰਮ ਨਾ ਕਰੀ, ਆਹ ਕੰਮ ਕਾਹਨੂੰ ਕਰਦੀਆਂ ਤੂੰ, ਭਾਈ ਕੀ ਸੂਈ ਕਿਦੜੀ ਮੰਗੂ ਨੀ, ਚਾਦਰਾ ਧਰਤੀ ਸਿੰਬਰਦਾ ਜਾਵੇ ਨੀ, ਮੈਂ ਗੱਭਰੂ ਪੰਜਾਬ ਦਾ, ਓਹੋ ਓਹੋ ਓਹੋ, ਆਹ ਦੇਖ ਲੈ ਕਿੱਡੀਆਂ ਕਿੱਡੀਆਂ ਕੋਠੀਆਂ ਪਾ ਲਈਆਂ, ਮੇਰੀ ਸਰਕਾਰੀ ਕਰਕੇ ਨਹੀਂ ਬਣਤੀ ਮੇਰੇ ਸਾਲਿਆਂ ਨੇ, ਇਹਨੂੰ ਕਰਦਾ ਟਿੱਚਰ ਜਾ ਕੇ ਮੈਂ, ਵਾਲੇ ਹਰਾਮੀ ਨੇ, ਹਾਂ ਇਹ ਸਾਲਿਆਂ ਨੇ ਜਮੀ ਸ਼ਰਮ ਲਾ ਲਈ ਹੈਂ, ਐਂ ਨਹੀਂ ਵੀ ਗਰੀਬ ਦੀ ਕੋਈ ਗਰਕੀ ਬਣ ਦੇ ਦੀਏ, ਇਹ ਸਾਲੇ ਉਹ ਕਰ ਲੈਂਦੇ। ਕੀ ਹੋ ਗਿਆ, ਐਂ ਟੱਲੀਆਂ ਮਾਰਦਾ ਉਹਨਾਂ, ਤੈਨੂੰ ਦਿੰਦਾ ਨੀ ਮੈਂ ਜਾਣਾ, ਦੇਖ ਕੇ ਐਂ ਲੰਘ ਜਾਏਗਾ, ਫਿਰ ਆ ਜਾ ਲੰਘ, ਤੈਨੂੰ ਪਤਾ ਨੀ ਗਾ ਦੰਦ ਕੱਢ ਲੈਣ ਹਰੇਕ ਗੱਲ ਤੇ, ਕਹਿ ਚਾਚਾ ਕਹਿ ਚਾਚਾ, ਤੂੰ ਪਾਸੇ ਹੋ ਤਾਂ ਲੰਘ ਜਾ, ਬੜਾ ਕਰਦਾ ਤੇਰੀ ਮਾਂ ਮੜੀ ਮੈਨੂੰ, ਕੱਲ ਨੂੰ ਔਖੀ ਭਰੀ ਹੋਊ ਐਵੀਂ, ਸ਼ਰਮ ਲਾ ਲਈ ਜਮਾਂ ਜਵਾਕਾਂ ਆਈਆਂ ਨੇ, ਐਂ ਨਹੀਂ ਹੈਗਾ ਵੀ ਚਾਚਾ ਤਾਇਆ ਕਹਿ ਦਈਏ, ਅਕੇ ਉਹ ਪਾਸੇ ਹੋ, ਜਮੀ ਤਮੀ ਨਹੀਂ ਸਾਡੇ ਵੇਲੇ ਕੋਈ ਚਾਚੇ ਤੋਂ ਬਿਨਾਂ ਗੱਲ ਨਹੀਂ ਸੀ ਕਰਦਾ ਹੁੰਦਾ, ਇਹ ਰੋ ਮਾਰਨਗੇ ਕੱਲ, ਨੀ ਬਾਤ ਨਹੀਂ ਹੈਗੀ, ਪਹਿਲਾਂ ਪਰ ਉਹ ਗੋਹਾ ਸਿੱਟ ਗਈ ਉੱਤੇ ਮੇਰੇ, ਸਾਰਾ ਪਿੰਡ ਕੁੱਤੇ ਖਾਣੀ ਕਰਦਾ, ਇਹਦੀ ਪਵਾਉਣਾ ਮੈਂ ਲੇਰ ਅਫਸਰ ਜੇ ਦੀ ਜਾ ਕੇ। ਕਾਹਦੀਆਂ ਨੌਕਰੀਆਂ ਯਾਰ, 2 ਦਿਨ ਹੋ ਗਏ ਗਾਇਆ ਨੂੰ, ਅੱਜ ਚੈਨ ਨਾਲ ਘਰ ਬਹਿ ਕੇ ਰੋਟੀ ਖਾਂਦੇ ਹਾਂ, 2 ਘੰਟੇ ਆਰਾਮ ਕਰਦੇ ਹਾਂ ਖਾ ਕੇ ਰੋਟੀ, ਅੱਜ ਆਊ ਨਜ਼ਾਰਾ, ਮੈਂ ਹੋਟਲਾਂ ਦੀ ਖਾ ਖਾ ਕੇ ਪਿਆ, ਖਾ ਕੇ ਰੋਟੀ 2 ਘੰਟੇ ਪੈਂਦੇ ਹਾਂ। ਇਸ ਸਾਲਿਆਂ ਨੇ ਨਾ ਇੱਕ ਸਰਕਾਰੀ ਗਰਕੇ ਨਹੀਂ ਬਣ ਦਿੱਤੀ, ਆਹ ਦੇਖ ਲੈ ਕਿਵੇਂ ਮੈਸਾਂ ਬੰਨੀਆਂ ਨੇ, ਕੀ ਹੋ ਜਾਂਦਾ ਜੇ ਗਰੀਬ ਪੈਰਾਂ ਭਾਰ ਬਹਿ ਕੇ ਉਹ 'ਚ ਵਹਿ ਜਾਂਦਾ,
ਹੱਥਣ ਤੜਕੇ ਬਾਹਰ ਅੰਦਰ ਨਾ ਜਾਣਾ ਪੈਂਦਾ ਮੈਨੂੰ। ਉਹ ਜਸਵੀਰ ਛੋਟੀ ਮੈਂ ਇਸ ਖੁੱਲੀ ਫਿਰਦੀ ਆ ਓਏ, ਆ ਪਾਸੀਆਂ ਪੂਥੀਆਂ ਢਾਤੀਆਂ ਸਾਰੀਆਂ। ਉਹ ਬੰਨ ਲੈ ਭਾਈ ਓਏ, ਸਰਦੇ ਬੜੇ ਹਰਾਮੀ ਨੇ। ਓਹੋ ਕੀ ਹੋਇਆ, ਉਹ ਕਿਹੜੀ ਖੁੱਲ ਗਈ, ਹਲ ਤਾਂ ਇੱਕ ਬੁਰਕੀ ਵੀ ਨਹੀਂ ਮੂੰਹ 'ਚ ਪਾਈ। ਇਹ ਕਿਹੜਾ ਬਣਦੀਆਂ ਨੇ ਯਾਰ, ਗੌਰ ਨਾਲ ਮੈਂ ਦੇਖ ਕੇ ਆਉਣਾ ਜਾ ਕੇ। ਕਿਹੜਾ ਮੇਰਾ ਸਾਲਾ ਕਹਿੰਦਾ ਮੈਂ ਸਕੂਲੀ ਪਈ ਆ, ਨਾਲੇ ਮੇਰੀ ਬੰਨੀ ਵੀ ਖੁੱਲ ਜੂ। ਮੈਨੂੰ ਸੜੇ ਦੇ ਲੱਗਦੇ ਨੇ, ਕਾਰਨਾਮੇ ਉਹੀ ਮਾਰ ਕੇ ਜਾਂਦਾ ਹੁੰਦਾ ਭਕਾਈ ਗੇਟਾਂ ਜਿਹਾਂ 'ਚ। ਉੱਧਰ ਮੋਦੀ ਸੜੇ ਨੇ ਜੱਟ ਤਪਾ ਰੱਖੇ ਨੇ, ਇਹਨੇ ਪਿੰਡ ਤਪਾ ਰੱਖਿਆ। ਆਉਣ ਦੇ ਮੇਰੇ ਸਾਲੇ ਨੂੰ ਮੈਂ ਵੱਢੂ ਲੱਤ ਦੁਬਾਰੇ। ਖੜੀ 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 ਮੁੰਡੇ, ਖੜੀ 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 ਮੋੜ ਬਏ ਬਣਿਆ ਫਿਰਦਾ ਪਾ ਕੇ ਕਾਲੀ। ਕੀ ਰਹਿ ਤੂੰ ਸੱਤੂ ਦਾ ਮੁੰਡਾ ਮਾਦਾ? ਅੱਛਾ, ਲੈ ਕੇ ਰਹਿੰਦਾ ਵਾ ਮੈਨੂੰ ਪਰਲੀ ਫਿਰਨੀ ਤੇ ਲੈ ਕੇ ਚੱਲੀ। ਖੜਦਾ ਤਾਂ ਮਾਦਾ, ਬਿਮਾਰ ਵਾਲਾ ਹੋ ਰਿਹਾ ਮਾਦਾ, ਦਵਾਈ ਲੈ ਕੇ ਆਉਣਾ ਡਾਕਟਰ ਤੋਂ ਬੜਾ। ਲਿਜਾਣਾ ਲਿਜਾ, ਨਹੀਂ ਲਿਜਾਣਾ ਨਾ ਲਿਜਾ, ਹੱਤਾਇਆ ਤੂੰ ਨੀ ਮੈਂ ਕਹੂੰਦਾ। ਚੱਲ ਚੰਗਾ ਬਹਿ ਜਾ ਚਾਚੇ ਸੀ ਜੀ, ਆਕੜ ਦਾ ਕਹਿਵਾਂ। ਆਕੜ ਦਾ ਨਹੀਂ ਹੈਗਾ, ਬਹਿ ਜਾ ਚਾਚਾ, ਤੁਹਾਨੂੰ ਜਵਾਕਾਂ ਨੂੰ ਮਾਤੀ ਨਹੀਂ ਹੈਗੀ। ਚੰਗਾ ਹੁਣ ਤਾਂ ਬਹਿ ਜਾ ਜਾ ਚਾਚਾ ਜੀ, ਕਹਿ ਬਹਿ ਜਾ ਚਾਚੇ, ਹੁਣ ਆਕੜ ਨਾ ਮੈਂ ਬੜਾ। ਚੱਲ ਫਿਰ ਪਰਨੀ ਫਿਰਨੀ ਤੇ ਲਾ ਦੇ ਮੈਨੂੰ ਗਦਾ ਗਦ। ਹੈ ਛੇਤੀ ਬਹਿ ਜਾ। ਹਾਂ ਮੈਨੂੰ ਵੀ ਬਸ ਤੇਰੇ ਨਾਲ ਵੱਧ ਕਾਲੀ ਹੈ ਸ਼ੇਰਾ, ਬਸ ਬਸ ਨੇੜੀ ਲੱਗਿਆ ਹੁਣ ਦਾ ਕੰਮ। ਕਹਿੰਦਾ ਫਿਰਨੀ ਤੇ ਨਹੀਂ ਲਿਆ ਸੂਏ ਸੂਏ। ਆ ਬੁਰਜੀ 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 ਬੁਰਜੀ, ਆ ਬੁਰਜੀ ਇੱਥੇ ਰੋਕ, ਬੁਰਜੀ ਕੋਲੇ ਬੁਰਜੀ ਕੋਲੇ ਬੁਰਜੀ ਕੋਲੇ। ਖਰਚਾ ਬੰਦਾ ਟੱਪ ਜਾਂਦੇ, ਬੜੇ ਬੰਦਾ ਟੱਪ ਜਾਣਗੇ। ਚੰਗਾ ਚੰਗਾ ਚੰਗਾ, ਵਾ ਗਿਆ ਵਾ ਗਿਆ। ਇੱਕ ਮਿੰਟ ਖੜ ਜਾ ਇੱਥੇ, ਇੱਥੇ ਖੜਾ ਰਹੀ ਜਾਈ ਨਾ ਚੰਗਾ। ਉਹ ਖੜ ਜਾ, ਰੇਸਾਈਆਂ ਕਿਉਂ ਦਈਆਂ ਨੇ? ਛੇਤੀ ਕਰ ਮਿੰਟ ਮਾਰਾ, ਇੱਕ ਮਿੰਟ ਖੜ ਜਾ। ਆ ਪਈ ਹੈ, ਲਾਇਆ ਤਾਂ ਨਹੀਂ ਕਿਸੇ ਨੇ? ਨਹੀਂ ਨਹੀਂ ਹੈਗਾ। ਚੱਲਦਿਆਂ ਚੱਲਦਿਆਂ ਇੱਕ ਮਿੰਟ ਖੜ ਜਾ ਬਸ। ਤੂੰ ਐਂ ਕਰ, ਮੈਨੂੰ ਉੱਥੇ ਹੀ ਤਾਰ ਦੇ ਹੁਣ। ਉੱਥੇ ਹੀ ਗਾਓ ਕਹਿਦਾ ਤਾਂ ਫਿਰ ਨਹੀਂ ਦੇ ਦੀਗਾ। ਉਹ ਕੋਈ ਨਾ, ਐਂ ਨਾ ਕਰ ਸਿਰਾ, ਤੂੰ ਮੈਨੂੰ ਉੱਥੇ ਹੀ ਤਾਰ ਦੀ। ਨਾ ਨਾ, ਇਹ ਗੱਲ ਨਹੀਂ ਜਾਣਾ। ਉਹ ਨਹੀਂ ਖੱਲ ਸੁਣਾ, ਉਹ ਖੱਲ ਸੁਣ, ਖੜ ਜਾ ਖੜ ਜਾ, ਇੰਚ ਪਿੱਛੇ ਨਹੀਂ। ਚੰਗਾ ਭਾਈ, ਉੱਥੇ ਹੀ ਤਾਰ ਦੀ ਮੈਨੂੰ। ਹੈ ਹਾਂ, ਤੇ ਕਿਆ ਹੀ ਨਾ ਲਾਏ ਚੱਲੀ ਸਮਾਨ ਹੈ ਹੁਣ ਕੋਲੇ, ਹੌਲੀ ਤੋਰ ਲੈ ਹੌਲੀ ਹੌਲੀ। ਚੱਬੇ ਨਹੀਂ ਜਾਣੇ ਕੱਚੇ। ਉਹ ਸ਼ੇਰਾ ਫੋਟੋ ਫੋਟੋ ਸ਼ੇਰਾ, ਉਹ ਸ਼ੇਰਾ, ਉਹ ਭਾਈ ਸੁਣਦਾ ਨਹੀਂ ਬੋਲਾ ਤੂੰ। ਹੋ ਆਈ ਮਾੜਾ ਜਾ ਉਰੇ, ਉਹ ਇੱਥੇ ਕੀ ਕਰਨਾ? ਉਹ ਅਮਰੂਦ ਲਾ ਕੇ ਦੇਈ ਮੈਨੂੰ। ਉਹ ਤੈਨੂੰ ਅਮਰੂਦਾਂ ਦੀ ਪਈ ਆ ਯਾਰ, ਅਸੀਂ ਖਰਚੇ ਮੈਂ ਉਹਨਾਂ ਨੇ ਅੱਗ ਲਾਉਣੀ ਯਾਰ, ਲੇਟ ਹੋਈ ਨਾ ਕਣਕ ਬੀਜਣ ਕਰੀ। ਆਈ ਸ਼ੇਰਾ ਆਈ ਮਾੜਾ ਜਾ, ਉਹ ਮੈਂ ਤਾਂ ਇੰਚ ਵੀ ਨਹੀਂ ਆ ਸਕਦਾ, ਇੱਧਰ ਕਰਮ ਵੀ ਨਹੀਂ ਆਉਂਦਾ। ਉਹ ਤੂੰ ਆਏ ਨਾ ਕਰ, ਚੱਲ ਫਿਰ ਮੈਂ ਆ ਜਾਣਾ, ਅਮਰੂਦ ਤਾਂ ਇੱਥੇ ਚੜਾਉ। ਕਿਹਦਾ ਮੁੰਡਾ ਤੂੰ ਯਾਰ? ਦੱਸ ਰਹੀ, ਉਹ ਕਿਹਦਾ ਭਾਈ ਤੂੰ? ਹਾਂ ਕੰਮ ਆ ਕੋਈ? ਕੰਮ ਤਾਂ ਮੈਂ ਤੈਨੂੰ ਅਮਰੂਦ ਆਖਾ ਤੀ, ਅਮਰੂਦ ਤੋੜ ਦੇ। ਅਮਰੂਦ ਤੂੰ ਤੋੜ ਲੈ ਯਾਰ, ਸਾਡਾ ਕਿਹਨੂੰ ਕੰਮ ਸੁਣਾਉਣਾ ਤੂੰ? ਨਹੀਂ ਯਾਰ ਦਾ ਮਤਲਬ ਕੀ, ਮੈਂ ਤੇਰਾ ਚਾਚਾ ਲੱਗਦਾ। ਉਹ ਚਾਚਾ ਚੂਚਾ ਤੂੰ ਕਿਹੜਾ ਲੱਗਦਾ ਯਾਰ, ਨਾਲੇ ਮੇਰੀ ਗੱਲ ਸੁਣ ਲੈ। ਤੈਂ ਸਾਰਾ ਪਿੰਡ ਤਪਾ ਰੱਖਿਆ ਤੈਂ। ਕਿਉਂ ਮੈਂ ਕੀ ਕਰਿਆ ਭਾਈ? ਕਦੇ ਕਿਸੇ ਦਾ ਕੁਛ ਕਰਿਆ ਨਾ, ਕਦੇ ਕੁਛ ਕਰਿਆ ਉਹਨਾਂ ਦਾ ਲੱਖ, ਕਦੇ ਕੁਛ ਕੀ, ਕੁਛ ਕੀ ਕਰਤਾ ਮੈਂ? ਰੋਜ਼ ਲਾਂਭੇ ਹੁੰਦੇ ਨੇ, ਮੈਂ ਮੌਕੇ ਦਾ ਮੈਂਬਰ ਹਾਂ, ਮੈਨੂੰ ਪਿੰਡ ਦੀ ਸਾਰੀ ਗੱਲ ਦਾ ਪਤਾ ਗਾ। ਨਹੀਂ ਫਿਰ ਕੁਛ ਕਰਦਾ ਮੈਂ ਤਾਂ ਕੁਛ ਕਰਿਆ ਨਹੀਂ। ਕਰਿਆ ਕਿਉਂ ਨਹੀਂ ਤੂੰ? ਹੋਰ ਲੋਕ ਉਹੀ ਕਹਿੰਦੇ ਫਿਰਦੇ ਨੇ, ਹੋਰ ਲੋਕ ਕਿਸੇ ਨੂੰ ਕਹਦਾ ਉਹੀ। ਜੇ ਕਿਸੇ ਨਾਲ ਇੱਥੇ ਗੱਲ ਸੁਣ ਸਿਰਾ, ਇੱਥੇ ਸਾਰੀਆਂ ਮੋਹ ਪਿਆਰ ਦੀਆਂ ਗੱਲਾਂ ਨੇ, ਕੁਛ ਨਹੀਂ ਲਿਆਂਦਾ ਨਾਲ ਕੋਈ। ਫਿਰ ਲਿਆਂਦਾ ਨਹੀਂ, ਕਿਸੇ ਨਾਲ ਰਲ ਮਿਲ ਕੇ ਤਾਂ ਰਹਿ ਲਿਆ ਕਰ। ਰਲ ਮਿਲ ਕੇ ਨਹੀਂ, ਜਿਹੋ ਜਿਹਾ ਮੇਰਾ ਸੁਭਾਅ ਤੂੰ ਦੇਖੀ ਰਹਿੰਦੀ, ਦੁਨੀਆਂ ਤੱਕ ਪਿੰਡ 'ਚ ਨਾਮ ਵੱਜੂ ਮੇਰਾ। ਓਏ ਕੋਈ ਨਹੀਂ, ਨੌ ਨੂੰ ਵੱਜਦਾ ਹੁੰਦਾ, ਇਹ ਤਾਂ ਵਹਿਮ ਆ ਤੇਰੇ ਮਨ 'ਚ। ਨਹੀਂ ਕਾਹਨੂੰ ਆ ਵਹਿਮ? ਹਾਂ ਕੋਈ ਨਹੀਂ, ਯਾਦ ਕਰਦਾ ਹੁੰਦਾ। ਨਹੀਂ ਜੇ ਤੂੰ ਬਾਹਲਾ ਕਰਦਾ, ਜੇ ਤੂੰ ਇੰਨਾ ਪਿੰਡ ਤੇਰੇ ਕੋਲ ਲਾਂਭੇ ਲੈ ਕੇ ਆਉਂਦਾ, ਮੇਰੇ ਪਤਾ ਢਿੱਡ 'ਚ ਕੀ ਆ? ਕੀ ਆ ਤੇਰੇ ਢਿੱਡ 'ਚ? ਮੇਰੇ ਢਿੱਡ 'ਚ ਪਿੰਡ ਲਈ ਇੰਨਾ ਪਿਆਰ ਆ, ਤੂੰ ਦੇਖ ਨਹੀਂ ਸਕਦਾ। ਆਹੋ ਦੀਂਦੇ ਹੀ ਆ, ਤਾਂ ਹੀ ਤਾਂ ਲਾਂਭੇ ਲਿਆਉਣੇ। ਚੱਲ ਫਿਰ ਤੂੰ ਐਂ ਕਰ, ਜੇ ਮੇਰੇ ਨਾਲ ਹੀ ਨਾ ਕਰ, ਤੂੰ ਐਂ ਕਰ, ਜਿੱਦੇ ਮੈਂ ਮਰਿਆ ਮੇਰੀ ਆਖਰੀ ਸਾ ਗਈ, ਜਿੱਦੇ ਮੈਂ ਮਰ ਗਿਆ ਮੇਰੇ ਢਿੱਡੇ 'ਚ ਚਾਕੂ ਮਾਰ। ਅਸੀਂ ਚਾਕੂ ਕਿਉਂ ਮਾਰਾਂਗੇ ਬਾਈ? ਤੂੰ ਮੇਰੇ ਢਿੱਡ 'ਚ ਸੁਰਾ ਮਾਰ ਦੀ, ਤੁਹਾਨੂੰ ਪਤਾ ਲੱਗੂ ਮੇਰੇ ਢਿੱਡ 'ਚ ਕਿੰਨਾ ਪਿਆਰ ਹੈ ਪਿੰਡ ਲਈ, ਪਿੰਡ ਦੀਆਂ ਲੋਕਾਂ ਲਈ ਕਿੰਨਾ ਪਿਆਰ ਹੈ, ਪਿੰਡ ਦੇ ਜਵਾਕਾਂ ਲਈ, ਪਿੰਡ ਦੇ ਬੰਦਿਆਂ ਲਈ, ਪਿੰਡ ਦੀਆਂ ਜਨਾਨ ਸਾਰਿਆਂ ਲਈ। ਕਹਾਂ ਨਾ ਵਧਿਆ ਕਰ ਤੂੰ, ਸਾਰਿਆਂ ਲਈ ਦੇਖੀ ਕਿੰਨਾ ਪਿਆਰ, ਤੂੰ ਬੰਦਿਆਂ ਦੀ ਰਹਿ ਲੈ ਗੱਲਿਆਂ ਤੇ ਠੀਕ ਹੈ। ਤੇ ਐਂ ਕਰ ਹੁਣ ਸਿਰਾ, ਮੇਰੀ ਆਖਰੀ ਇੱਛਾ ਤੈਨੂੰ ਪਤਾ ਲੱਗ ਗਈ, ਤੇ ਚੱਲ ਹੁਣ ਮੇਰੇ ਨੂੰ ਦੋ ਅਮਰੂਦ ਤੋੜ ਦੀ। ਉਹ ਅਮਰੂਦ ਐਡੀ ਤਾਂ ਡਾਂਗ ਲਈ ਫਿਰਦਾ, ਇਹਦੇ ਨਾਲ ਝਾੜ ਲਾ ਤਾਂ ਤੂੰ ਜਾਂਦਾ ਨਹੀਂ? ਨਾ ਜਾ ਭਾਜਾ, ਮੈਂ ਨਹੀਂ ਆਉਂਦਾ। ਹਾਂ ਅੱਗੇ ਯਾਦ ਕਰਦਾ, ਕੋਈ ਨਹੀਂ ਯਾਦ ਯੂਦ ਕਰਦਾ ਹੈਗਾ, ਉਰੇ ਮਰੇ ਭੋਗ ਤੱਕ ਹੀ ਹੁੰਦਾ ਇਹ। ਤੂੰ ਮੈਂ ਕਹਿੰਦਾ ਅਮਰੂਦ ਤੋੜ ਦੇ, ਤੋੜ ਲਾ ਜਾ ਭਾਜਾ ਤੂੰ। ਚੱਲ ਉਹ ਬਲਕਾਰ ਹਟਾ, ਜਿਹੜਾ ਤਾਂ ਕੰਮ ਛਡਾਉਣ ਆ ਗਿਆ ਵਿੱਚ। ਉਹ ਸਿਰਾ ਤੋੜ ਦੇ ਇੱਕ ਦੋ। ਵਗ ਜਾ ਵਗ ਜਾ, ਮੈਂ ਤਾਂ ਉਰੋਂ ਕਰਮਣ ਵੀ ਨਹੀਂ ਹਲਦਾ ਯਾਰ।
ਕਰਮ ਧੱਕੀ ਜੇ ਤੈਨੂੰ ਕੀਲਾ ਨਾ ਭਜਾਇਆ ਨਾ ਮੈਨੂੰ ਛੜਾ ਨਾ ਕੇ ਕੋਈ ਨਾ ਪੁੱਤ ਦੇਖਦਾ ਜਾ ਤੂੰ ਕਿ ਮੈਂ ਅਮਰੂਦ ਨਹੀਂ ਲੈ ਕੇ ਦਿੰਦਾ ਅਮਰੂਦ ਤਾਂ ਤੂੰ ਕੀ ਨਹੀਂ ਲੈ ਕੇ ਦਿੰਦਾ ਇੱਥੋਂ ਜੇ ਨਾ ਭੱਜਿਆ ਪੁੱਤ ਮੈਨੂੰ ਛੜਾ ਨਾ ਆਖੀ ਹੁਣ ਤੂੰ ਇੱਕ ਮਿੰਟ ਖੜ ਜਾ ਕਿ ਮੈਂ ਅਮਰੂਦ ਨਹੀਂ ਲਿਆ ਕੇ ਦਿੰਦਾ ਗੱਲਾਂ ਦੇਖ ਮੇਰੇ ਨਾਲ ਟਿੱਚਰਾ ਸੜਿਆ ਨੇ ਤਾਂ ਦੇਸ ਮੂਹਰੇ ਲਾ ਲਿਆ ਤੂੰ ਤਾਂ ਚੀਜ਼ ਹੀ ਕੁਛ ਨਹੀਂ ਬੰਦ ਕਰ ਤੋ ਇਹਨੂੰ ਇਹਨੇ ਕਰਤਾ ਇਹ ਸਟਾਰਟ ਕਿਹੜਾ ਕਰ ਗਿਆ ਸਟਾਰਟ ਉਹਦਾ ਬੇੜਾ ਬੈਠਾ ਉਹ ਮੇਲਾ ਦਾ ਅਮਰੂਦ ਤੋੜ ਕੇ ਲਗਾਇਆ ਉੱਥੋਂ ਉਹਨੂੰ ਆਉਣ ਦੇ ਦੀ ਮੈਂ ਤੋੜੂ ਲੱਤ ਉਹਦੀ ਤੇ ਸਾਨੇ ਲਹੂ ਪੀ ਲਿਆ ਸਾਰੇ ਪਿੰਡ ਦਾ ਉਹਨੇ ਦੇਖ ਮੇਰਾ ਸਾਲਾ ਜਾਂਦੀ ਬਾਰੇ ਵੀ ਅੱਖਾਂ ਮਾਰ ਕੇ ਗਿਆ ਸਾਰੇ ਪਿੰਡ ਦੇ ਸਾਹਮਣੇ ਆਏ ਤਾਂ ਲੋਚੜਾ ਤੀ ਪੂਰਾ ਉਹ ਮਰਿਆ ਤਪਾ ਕੀ ਆ ਸਾਰੇ ਪਿੰਡ ਨੂੰ ਇਹ ਤੰਗ ਕਰਦਾ ਤੀ ਯਾਰ ਉਹ ਖੜ ਜਾਓ ਹਜੇ ਨੀ ਧਰਦੇ ਮੇਰੀ ਗੱਲ ਸੁਣੋ ਇਹ ਇੱਕ ਦਿਨ ਆਇਆ ਤੀ ਮੇਰੇ ਕੋਲੇ ਪਤਾ ਨੀ ਤਾਂ ਬਈ ਰੱਬ ਨੀ ਕਹਾਇਆ ਤੂੰ ਮੈਨੂੰ ਕਹਿੰਦਾ ਜਦੋਂ ਮੈਂ ਮਰਿਆ ਮੇਰੀ ਆਖਰੀ ਹਿੱਸਾ ਇਹ ਹੈ ਵੀ ਮੇਰੇ ਜਾਂ ਤਾਂ ਢਿੱਡ ਚ ਚਾਕੂ ਮਾਰਿਓ ਜਾਂ ਮੇਰੀ ਧੌਣ ਚ ਕੀਲਾ ਦੇ ਦਿਓ ਹੁਣ ਆਪਾਂ ਇਹਦੇ ਢਿੱਡ ਚ ਚਾਕੂ ਮਾਰਨਾ ਇਹਦੀ ਆਖਰੀ ਹਿੱਸਾ ਪੂਰੀ ਕਰਨੀ ਹੈ ਹਾਂ ਮਾਰੀਏ ਫਿਰ ਆਪਾਂ ਇਹ ਤਾਂ ਸਾਰਾ ਖੂਨ ਬੜਾ ਗਾੜਾ ਹੋਏ ਹੈਂ ਨਹੀਂ ਖੜ ਜਾ ਹਾਂਜੀ ਦੱਸੋ ਕਤਲ ਕਰਤਾ ਕਤਲ ਨਹੀਂ ਹੈਗਾ ਜੀ ਇਹ ਤਾਂ ਇਹਦੀ ਆਖਰੀ ਇੱਛਾ ਤੀ ਜੀ ਵੀ ਮੇਰੇ ਢਿੱਡ 'ਚ ਚਾਕੂ ਮਾਰੇ ਜਦੋਂ ਮੈਂ ਮਰ ਗਿਆ ਬਾਹਲੇ ਸਿਆਣੇ ਨਾ ਬਣੋ ਸਿਆਣੇ ਵਾਲੀ ਇਹ 'ਚ ਕੀ ਗੱਲ ਹੈ ਜੀ ਸਾਰੇ ਪਿੰਡ ਸਾਹਮਣੇ ਹੋਇਆ ਇਹ ਜਨਾਬ ਕਤਲ ਕਰਿਆ ਜੀ ਇਹਨਾਂ ਨੇ ਜਿਹੜੇ ਸਾਰੇ ਸਾਹਮਣੇ ਨਾ ਸਾਰਿਆਂ ਨੂੰ ਗੱਡੀ ਜਿਹੜੇ ਕਿ ਨੂੜ ਕੇ ਠੀਕ ਹੈ ਜੀ ਫਿਰ ਦੇਖਣਾ ਠੰਡ 'ਚ ਜਾ ਕੇ ਇਹਨਾਂ ਦਾ ਕੀ ਬਹਾਲ ਕਰਦੇ ਆਹ ਫੜੋ ਤੁਸੀਂ ਜੀ ਉਹ ਜਨਾਬ ਗੱਲ ਤਾਂ ਸੁਣ ਲਓ ਹਾਂ ਦੱਸੋ ਮੈਂ ਇਕੱਲਾ ਕਸੂਰਬਾਰ ਹੋ ਸਕਦਾ ਸਾਰਾ ਪਿੰਡ ਖੜਾ ਇਹਦੇ ਸਾਹਮਣੇ ਉਹ ਕਰਿਆ ਪਹਿਲਾਂ ਮੈਨੂੰ ਐਂ ਦੱਸੋ ਤੂੰ ਕੌਣ ਹੋਵੇ ਹੈਂ ਰਿਸ਼ਤੇਦਾਰ ਹੈ ਰਿਸ਼ਤੇਦਾਰ ਹੋਗੇ ਤੂੰ ਭਾਈ ਓਏ ਜਨਾਬ ਐਡਾ ਦਾ ਕੋਈ ਇਹਦਾ ਵਿਚਾਰੇ ਦਾ ਮਾਂਗਰ ਮੂਹਰੇ ਹੈ ਨਹੀਂ ਤੀਗਾ ਮੈਨੂੰ ਸਭ ਪਤਾ ਪੱਕੇ ਬੰਦੇ ਨੇ ਦੱਸਿਆ ਹੈਗਾ ਗੱਲ ਸੁਣ ਪਹਿਲਾਂ ਤੂੰ ਪੁਲਿਸ ਨੂੰ ਦੱਸੇਗਾ ਤੂੰ ਉਹ ਗੱਲ ਤਾਂ ਸੁਣ ਲਓ ਮੈਂ ਵੀ ਮੌਕੇ ਦਾ ਮੈਂਬਰ ਹਾਂ ਜੀ ਗੱਲ ਨਹੀਂ ਜਨਾਬ ਕਤਲ ਕਰਾਈ ਸ਼ਰਿਆਮ ਇਹਨਾਂ ਨੇ ਕਤਲ ਨਹੀਂ ਹੈਗਾ ਇਕੱਲਾ ਬੰਦਾ ਹੈਗਾ ਭਕਾਈ ਮਾਰਨ ਦੀ ਕੋਈ ਜ਼ਰੂਰਤ ਨਾਲੇ ਆਪਣੇ ਮੁਖਬਰ ਦੀ ਤਾਂ ਇੰਨੀ ਮੁਖਬਰੀ ਕੱਚੀ ਹੋ ਸਕਦੀ ਜਨਾਬ ਇਹ ਮੇਰੀ ਗੱਲ ਸੁਣ ਲਓ ਦੱਸ ਇਹਦੇ ਮਾਂਗਰ ਮੂਹਰੇ ਵਾਲਾ ਕੋਈ ਹੈ ਨਹੀਂ ਸੀ ਤਾਂ ਪਿੰਡ ਵਾਲੇ ਇਕੱਠੇ ਹੋਏ ਆ ਤੁਹਾਨੂੰ ਸਾਰਾ ਕੁਛ ਪਤਾ ਇਹਦੇ ਬਾਰੇ ਸਾਰਾ ਕੁਛ ਪਤਾ ਤੁਹਾਨੂੰ ਇਕੱਲੇ ਨੂੰ ਫਿਰ ਪਤਾ ਹੁਣ ਇਹਨੂੰ ਚੱਕਦਾ ਕੌਣ ਵਿਚਾਰੇ ਨੂੰ ਜੀ ਸਾਨੂੰ ਨਹੀਂ ਕੁਛ ਪਤਾ ਹੈਗਾ ਚਲੋ ਹਾਂਜੀ ਕਰਦ ਬੰਦਾ ਤੁਸੀਂ ਮਾਰਿਆ ਸੁਨਿਆ ਵਾ ਉਤੋਂ ਤੁਸੀਂ ਪੁਲਿਸ ਨੂੰ ਉਹ ਮਾਰਾਂਗੇ ਅਸੀਂ ਸਿਵਿਆਂ ਚ ਲਿਆ ਕੇ ਜੀ ਅਸੀਂ ਕੰਮ ਲਿਆਂਗੇ ਚੱਲ ਯਾਰ ਤੁਸੀਂ ਥਾਣੇ ਚਲੋ ਉੱਥੇ ਗੱਲ ਕਰ ਦਿਆਂਗੇ ਜਾ ਕੇ ਪਿੰਡ ਵਾਲੇ ਤਾਂ ਨਹੀਂ ਕੰਮਲੇ ਚਾਰ ਬੰਦੇ ਆ ਤੁਸੀਂ ਐਡਾ ਪਿੰਡ ਹੈਗਾ ਮੇਰੇ ਸਾਲਿਆਂ ਨੂੰ ਮੈਂ ਹੁਣ ਕਰ ਦੂ ਸਿੱਧੇ ਚਲੋ ਮੈਂ ਜਾਣਦਾ ਨਹੀਂ ਸਾਹਿਬ ਨੂੰ ਤੁਹਾਡੇ ਗੱਲ ਨਹੀਂ ਕੀ ਕਰ ਦੇਗਾ ਫਿਰ ਤੂੰ ਮੈਂਬਰ ਹੀ ਆ ਤੂੰ ਚੱਲ ਬੈਠੋ ਗੱਡੀ 'ਚ ਬੈਠੋ ਉੱਥੇ ਕਰ ਲਾਂਗੇ ਗੱਲ ਇਹ ਕਿਹੜਾ ਕੋਈ ਵੱਡੀ ਗੱਲ ਹੈ ਚੱਲ ਤੇਰੀ ਕਰਦਾ ਮੈਂਬਰੀ ਥਾਣੇ 'ਚ ਚੱਲ ਤੂੰ ਤੈਨੂੰ ਮੈਂ 5 ਮਿੰਟ ਜੇ ਕਰ ਦੂ ਸਿੱਧਾ ਚੱਲ ਇਹ ਤੁਸੀਂ ਸਹੀ ਗੱਲ ਨਹੀਂ ਕਰ ਰਹੇ ਕਰਕੇ ਮਾਰ ਕੇ ਬੰਦਾ ਤੁਸੀਂ ਕਰਕੇ ਕਤਲ ਇਹ ਮੇਰਾ ਸਾਲਾ ਮਰਦਾ ਵੀ ਦੁੱਖ ਦੇਗਾ ਉਹ ਆਪਾਂ ਨੂੰ ਤਾਂ ਇਹ ਤੈਨੂੰ ਪੁੱਤ ਕੋਈ ਨਾ ਥਾਣੇ 'ਚ ਪਿਲਾਉਂ ਦੁੱਧ 'ਚ ਪੱਤੀ ਹਾਂ ਜਨਾਬ ਸਾਨੂੰ ਨਹੀਂ ਕੁਛ ਪਤਾ ਇਹਦੇ ਬਾਰੇ ਪਤਾ ਤੈਨੂੰ 5 ਮਿੰਟਾਂ 'ਚ ਲੱਗ ਜੂ
ਨਾ ਤੁਸੀਂ ਆਪ ਬਹਿ ਕੇ ਹੁਣ ਕੌਣ ਚੱਕੂਗਾ ਚੱਕੋ ਦੋ ਜਣੇ ਨੂੰ ਆ ਜਾ ਉਹਨੂੰ ਲੈ ਆਈਏ ਫਿਰ ਜਾਂਦੇ ਜਾਂਦਾ ਦੁੱਖ ਹੀ ਦੇ ਗਿਆ ਸਾਨੂੰ ਉਹ ਮੇਰਾ ਸਾਲਾ ਸਾਰੇ ਪਿੰਡ ਨੂੰ ਡੋਬ ਗਿਆ ਸਰ ਪਲੀਜ਼ ਨਾ ਉਹਦੇ ਚੰਗੀ ਗੱਲ ਹੋ ਰਹੀ ਚਲੋ ਚੱਕ ਲਓ ਫਿਰ ਇਹਨੂੰ ਆ ਜਾ ਚਲੋ 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 ਉਧਰ ਪਾ ਲਓ ਹੱਥ ਦੋ ਜਣੇ ਮਾਰ ਤਾਂ ਦਿੱਤਾ ਵਿਚਾਰਾ ਉਹ ਚੱਕੂ ਕੌਣ ਇਹਨੂੰ ਤਰੋ 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 ਚਲੋ ਉਹ ਛੱਡਦਾ ਕੀ ਤੀ ਗੱਡੀ ਮੋੜ ਦੋ ਭਾਜਣਾ ਲੈਣ ਦੀ ਤੇਰੇ ਪਵਾਉ ਕੱਖ ਕੋਈ ਨਾ ਚੱਲ ਆਹੀ ਰਿਕੁਐਸਟ ਹੈ ਬਾਈ ਬਣ ਕੇ ਸੱਚੀ ਮਿੱਚੀ ਸੱਟਾਂ ਖਾ ਲਈਆਂ ਹੁਣ ਤਾਂ ਹੁਣ ਤੁਸੀਂ ਇੰਨੀ ਕੁ ਕਿਰਪਾ ਕਰ ਦਿਓ ਵੀ ਲਾਈਕ ਕਰ ਦਿਆ ਕਰੋ ਵੀਡੀਓ ਨੂੰ ਉਹ ਜਿਹੜਾ ਡਿੱਗਣ ਵਾਲਾ ਸੀਨ ਤੀ ਨਾਈ ਦੀ ਦੁਕਾਨ 'ਚੋਂ ਉੱਥੇ ਮੈਨੂੰ ਐਂ ਨਹੀਂ ਸੀ ਪਤਾ ਵੀ ਸੱਚੀ ਵੱਜੂ ਚੱਲ ਉੱਥੇ ਮੈਂ ਡਿੱਗ ਪਿਆ ਆਹ ਮਗਰੋਂ ਵੀ ਹੁਣ ਝੁੱਗਾ ਨਹੀਂ ਲਾਹ ਸਕਦਾ ਮੈਂ ਫੋਨ ਫੁੱਟ ਗਿਆ ਚੱਲ ਫੋਨ ਦਾ ਤਾਂ ਨਵਾਂ ਆਜੂ ਜਿਹੜੀਆਂ ਮੇਰੇ ਬੱਜੀਆਂ ਨੇ ਉਹਦਾ ਤੁਹਾਨੂੰ ਦੁੱਖ ਨਹੀਂ ਹੈਗਾ ਫੋਨ ਜਦੋਂ ਦਾ ਆਇਆ ਕਿ ਫੋਨ ਫੁੱਟ ਗਿਆ ਇੱਥੇ ਨੀ ਢੂਹੀ ਤੇ ਵੱਜੀ ਬਾਈ ਤੂੰ ਪੱਟ ਨਾ ਮੇਰੇ ਸ਼ੇਡ ਦੋ ਚਾਰ ਕੇ ਸਰ ਤੁਸੀਂ ਦਿਖਾ ਵੀ ਨਹੀਂ ਸਕਦੇ ਹਾਂ ਸਹੀ ਗੱਲ ਹੈ ਯਾਰ ਕੋਈ ਮਜ਼ਾਕ ਨਹੀਂ ਕਰਦਾ ਇਹ ਤਾਂ ਮੈਂ ਵੀ ਬਾਈ ਬਣ ਕੇ ਮੈਂ ਤੁਹਾਨੂੰ ਐਂ ਨਹੀਂ ਦਿਖਾ ਰਿਹਾ ਵੀ ਮੇਰੀਆਂ ਸੱਟਾਂ ਵੱਜੀਆਂ ਬਸ ਇੰਨਾ ਕਹਿ ਵੀ ਇੰਨੀ ਮਿਹਨਤ ਕਰਦਾ ਯਾਰ ਤੁਸੀਂ ਸਾਡਾ ਮਿਹਨਤ ਦਾ ਮੁੱਲ ਮੋੜ ਦਿਆ ਕਰੋ ਬਸ ਇਹ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਕਮੈਂਟ ਕਰਦਾ ਕਰੋ ਬਾਈ ਬਣ ਕੇ ਆਹ ਤੁਹਾਡੇ ਸਾਹਮਣੇ ਆ ਹੋਰ ਇਹਨਾਂ ਦਾ ਕੋਈ ਦੁੱਖ ਨਹੀਂ ਹੋਣਾ ਜਦੋਂ ਇਹ ਮੈਂ ਤੱਤੇ ਪਾਣੀ ਨਾਲ ਨਾ ਉਦੋਂ ਡਾਟ ਪਊਗਾ ਹਾਂ ਉਦੋਂ ਔਖਾ ਬਾਕੀ ਸਿਆਲ ਦਾ ਕੰਮ ਹੈ ਅਤੇ ਬਾਈ ਬਣ ਕੇ ਥੈਂਕ ਯੂ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ ਫੋਨ ਦਾ ਡਿਸਪਲੇ ਪੈ ਜੂ ਭਾਈ ਇਹਦੀ ਤਾਂ ਨਹੀਂ ਪੈਣੀ ਹਾਂ ਉਹ ਯਾਰ ਚੌੜ ਤੈਨੂੰ ਤਾਂ ਯਾਰ ਚੌੜ ਹਰੇਕ ਗੱਲ ਦੀ ਚੌੜ ਹੁੰਦੀ ਆ ਯਾਰ ਹੋਰ ਯਾਰ ਹੁਣ ਰਸਣਗੇ ਇਹ ਨਹੀਂ ਗੱਲ ਟਿਕਸ਼ਰ ਚ ਬੈਠਾ ਬੈਠਾ ਹਾਂ ਤੇ ਬਾਈ ਬਣ ਕੇ ਲਾਈਕ ਤੇ ਕਮੈਂਟ ਕਰ ਦਿਓ ਯਾਰ ਤੁਹਾਡੀ ਸੌਂ ਮੈਂ ਕੋਈ ਮਜ਼ਾਕ ਨਹੀਂ ਕਰ ਰਿਹਾ ਸੱਟਾਂ ਜ਼ਰੂਰ ਵੱਜੀਆਂ ਸੀ ਚੇੜਾਂ ਵੱਜੀਆਂ ਠੀਕ ਹੈ ਹੁਣ ਇਹ ਚੇੜਾਂ ਜਿੱਦਾਂ ਡੂੰਘੀ ਸੱਟ ਹੁੰਦੀ ਤੇ ਪੱਟੀ ਵੀ ਤੇ ਪੱਟੀ ਨਹੀਂ ਹੁੰਦੀ ਨਾਲੇ ਇਹ ਮੱਚਣਗੀਆਂ ਬਹੁਤ ਤੱਤੇ ਪਾਣੀ ਨਾਲ ਇੱਕ ਕੂਣੀ ਤੇ ਚੱਲ ਕੋਈ ਗੱਲ ਨਹੀਂ ਧੰਨਵਾਦ ਬਾਈ ਤੁਸੀਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਾਈ ਬਣ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਗਾਹਾਂ ਨੂੰ ਐਂ ਸੁੱਖ ਸੁੱਖ ਵੀ ਸੱਟਾਂ ਨਾ ਵੱਜਣ ਵੀਡੀਓ ਇਦੋਂ ਘੈਂਟ ਆਊਗੀ।